ਪਾਣੀ ਦੀ ਵਿਵਸਥਾ ਨੰਗਲ ਦੇ ਵਿੱਚ ਨਹਿਰ ਦੇ ਵਿੱਚੋਂ ਕੀਤੀ ਹੈ। ਇਹਦਾ ਅੱਜ ਅਸੀਂ ਫਾਊਂਡੇਸ਼ਨ ਸਟੋਨ ਰੱਖਿਆ। 80 ਕਰੋੜ ਦੀ ਇਹ ਸਕੀਮ ਹੈ ਔਰ 13 ਅਪ੍ਰੈਲ ਵਿਸਾਖੀ ਨੂੰ ਇਹ ਅਸੀਂ ਚਲਦੀ ਕਰਨੀ ਹੈ ਅਤੇ ਫਿਰ ਇਹਦੇ ਚੱਲਣ ਤੋਂ ਬਾਅਦ ਇਹ 67 ਪਿੰਡਾਂ ਨੂੰ ਨੰਗਲ ਤੋਂ ਲੈ ਕੇ ਅਗੰਪਰ ਤੱਕ ਪਾਣੀ ਜਿਹੜਾ ਪੀਣ ਵਾਲਾ ਉਹ ਨਹਿਰ ਦਾ ਪਾਣੀ ਮਿਲੇਗਾ, ਜਿਹਦੇ ਨਾਲ ਇੱਕ ਤਾਂ ਜਿਹੜੇ ਜਗ੍ਹਾ ਜਗ੍ਹਾ ਟਿਊਬਵੈੱਲ ਲੱਗੇ ਉਹ ਸਾਰੇ ਬੰਦ ਹੋ ਜਾਣਗੇ, ਧਰਤੀ ਦਾ ਪਾਣੀ ਦਾ ਜਿਹੜਾ ਪੱਧਰ ਥੱਲੇ ਜਾ ਰਿਹਾ ਉਹ ਰੁਕ ਜਾਏਗਾ, ਪਾਣੀ ਸਾਫ਼ ਹੋਏਗਾ। ਕਦੇ ਮੋਟਰ ਖਰਾਬ ਹੋ ਗਈ, ਕਦੇ ਟਿਊਬਵੈੱਲ ਖਰਾਬ ਹੋ ਗਿਆ, ਕਦੇ ਬਿਜਲੀ ਨਹੀਂ ਆਈ, ਇਹ ਸਾਰੀਆਂ ਸ਼ਿਕਾਇਤਾਂ ਲੋਕਾਂ ਦੀਆਂ ਦੂਰ ਹੋ ਜਾਣਗੀਆਂ। ਇਹ ਸਕੀਮ ਚੱਲਣ ਨਾਲ ਨਿਰਵਿਘਨ ਪਾਣੀ ਮਿਲੇਗਾ ਇਹਨਾਂ 67 ਪਿੰਡਾਂ ਨੂੰ। ਸਰ ਟ੍ਰੀਟਮੈਂਟ ਪਲਾਂਟ ਵੀ ਲੱਗੂਗਾ? ਹਾਂ, ਟ੍ਰੀਟਮੈਂਟ ਪਲਾਂਟ ਵੀ ਲੱਗੇਗਾ, ਇਹਨੂੰ ਪਾਣੀ ਨੂੰ ਸਾਫ਼ ਕਰਕੇ ਫਿਰ ਅਸੀਂ ਅੱਗੇ ਸਪਲਾਈ ਕਰਾਂਗੇ। ਕਿਹੜੀ ਨਹਿਰ? ਨੰਗਲ ਤੋਂ, ਨੰਗਲ। ਆਂਗਨਵਾੜੀ? ਹਾਂ, ਆਂਗਨਵਾੜੀ ਬਾਰੇ ਔਰ ਆਸ਼ਾ ਵਰਕਰ ਬਾਰੇ ਕੱਲ੍ਹ ਸਵੇਰੇ ਮੇਰੀ ਮੀਟਿੰਗ ਮੁੱਖ ਮੰਤਰੀ ਜੀ ਨਾਲ ਹੋਈ ਹੈ। ਉਹਨਾਂ ਨੇ ਰਾਤ ਨੂੰ ਦੁਬਾਰਾ ਖਜ਼ਾਨਾ ਮੰਤਰੀ ਨਾਲ ਮੀਟਿੰਗ ਰੱਖ ਲਈ ਸੀ ਅਤੇ ਰਾਤ ਦਾ ਤਾਂ ਮੈਨੂੰ ਨਹੀਂ ਪਤਾ ਲੱਗਿਆ, ਪਰ ਅਸੀਂ ਆਂਗਨਵਾੜੀ ਔਰ ਇਹ ਜਿਹੜੇ ਤੁਹਾਡੇ ਆਸ਼ਾ ਵਰਕਰ ਹੈ ਔਰ ਜਿਹੜੇ ਪਿੰਡਾਂ ਦੇ ਚੌਕੀਦਾਰ ਹੈ ਇਹਨਾਂ ਦੇ ਵੀ ਭੱਤੇ ਜਿਹੜੇ ਹੈ ਉਹ ਰਿਲੀਜ਼ ਕਰਾਂਗੇ, ਲੰਬੜਦਾਰਾਂ ਦੇ ਭੱਤੇ ਰਿਲੀਜ਼ ਕਰਾਂਗੇ। ਔਰ ਆਸ਼ਾ ਵਰਕਰ 'ਤੇ ਤੁਹਾਨੂੰ ਦੱਸੇ ਦਿੱਤਾ ਕਿ ਉਹਨਾਂ ਦਾ ਪਹਿਲ ਦੇ ਆਧਾਰ 'ਤੇ ਕੰਮ ਕਰਾਂਗੇ।